ਬਜਟ ਪੇਸ਼ ਕਰਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਆਮ ਜਨਤਾ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਮੋਦੀ ਸਰਕਾਰ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਜਿਹੜੀ ਕੀਮਤ ਹੈ ਉਹ 30 ਰੁਪਏ ਘਟਾ ਦਿੱਤੀ ਹੈ ਅਤੇ ਹਾਲਾਂਕਿ 14.2 ਕਿਲੋ ਵਾਲੇ ਘਰੇਲੂ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਕੰਪਨੀਆਂ ਵੱਲੋਂ ਕੋਈ ਵੀ ਜਿਹੜਾ ਬਦਲਾਵ ਆ ਉਹ ਨਹੀਂ ਦੇਖਿਆ ਗਿਆ। IOCL ਦੀ ਜਿਹੜੀ ਵੈਬਸਾਈਟ ਦੇ ਮੁਤਾਬਿਕ ਇਹ ਬਦਲੀਆਂ ਹੋਈਆਂ ਦਰਾਂ ਅੱਜ ਯਾਨੀ ਕਿ 1 ਜੁਲਾਈ 2024 ਤੋਂ ਜਿਹੜੀਆਂ ਉਹ ਲਾਗੂ ਹੋ ਗਈਆਂ ਨੇ। ਅੱਜ ਤੋਂ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ LPG ਸਿਲੰਡਰਾਂ ਦੀਆਂ ਕੀਮਤਾਂ ਹਰ ਮਹੀਨੇ ਦੇ ਪਹਿਲੇ ਦਿਨ ਜਿਹੜੀਆਂ ਨੇ ਬਦਲਦੀਆਂ ਹਨ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋ ਦੇ ਵਪਾਰਿਕ ਸਿਲੰਡਰ ਦੀ ਜਿਹੜੀ ਕੀਮਤ ਹੈ ਉਹ 30 ਰੁਪਏ ਤੱਕ ਦੀ ਜਿਹੜੀ ਉਹਨਾਂ ਨੇ ਘਟਾ ਦਿੱਤੀ ਹੈ ਅਤੇ ਦਿੱਲੀ ਵਿੱਚ ਇਸ ਦੀ ਕੀਮਤ 1646 ਰੁਪਏ ਹੋ ਗਈ ਹੈ। ਕੋਲਕਾਤਾ ਦੇ ਵਿੱਚ ਸਿਲੰਡਰ ਦੀ ਕੀਮਤ 1756 ਰੁਪਏ ਹੋ ਗਈ ਹੈ। ਮੁੰਬਈ ਦੇ ਵਿੱਚ 802 ਰੁਪਏ 50 ਪੈਸੇ ਅਤੇ ਚੇਨਈ ਦੇ ਵਿੱਚ 818.50 ਪੈਸੇ ਹੈ ਅਤੇ ਦਿੱਲੀ ਵਿੱਚ ਆਮ ਗ੍ਰਾਹਕਾਂ ਦੇ ਲਈ ਇਸ ਦੀ ਕੀਮਤ 803 ਰੁਪਏ ਹੈ, ਜਦਕਿ ਉਜਵਾਲਾ ਲਾਭਪਾਤਰੀਆਂ ਦੇ ਲਈ ਇਸ ਦੀ ਕੀਮਤ ਜਿਹੜੀ 603 ਰੁਪਏ ਹੈ।